ਇਹ ਹੁਣ ਪਤਾ ਨਹੀਂ ਉਹ ਜਿਹੜਾ ਵਾ ਉਹਨੂੰ ਮੈਂ ਗੰਨਾ ਕਦ ਇੱਥੋਂ ਕਿਹਾ ਕੁਝ ਗੰਨਾ ਬਦਲ ਹੋਰ ਜੀ ਲੈਣੇ ਆ ਜੋ ਕਰ ਪਿਆਸ ਕੇ ਹੋਰ ਲੱਗੀ ਗਿਆ ਹੈ। ਵਾ ਛਲੀਆਂ ਤੇ ਚਲੋ ਇੱਥੋਂ ਪੋ ਕੇ ਉਹਨੇ ਕਰ ਲਈਆਂ ਕੱਲ ਸਾਰਾ ਕੁਝ ਚਲਾ ਗਿਆ ਤੇ ਇਧਰੋਂ ਇਹਨੂੰ ਮੈਂ ਕਿਹਾ ਸੀ ਕਿ ਇਹਨੂੰ ਵਾਈ ਜਿਹੜਾ ਵਾ ਪਾਣੀ ਪੂਣੀ ਦਾ ਇਧਰੋਂ ਦੀ ਲੰਘ ਲਾਉਣਾ ਵਾ ਚੱਲਦੇ ਤੇ ਇਹਦਾ ਕੁਝ ਸਿਸਟਮ ਆ ਰਾਹ ਕਰ ਹੈਗਾ ਗੰਨੇ ਅਜੇ ਦਾ ਉਦਾਂ ਦਾ ਉਦਾਂ ਹੀ ਕੰਮ ਹੋਇਆ ਪਿਆ ਨਾ ਕੋਈ ਨਵੀਂ ਫਸਲ ਦਾ ਬੀਜ ਕੋਈ ਨਹੀਂ ਲੱਗਾ ਇਧਰੋਂ ਰੱਖ ਲੈਂਦੇ ਆ ਪਤਾ ਨਹੀਂ ਕੀ ਕਰਨ ਦੇ ਆ ਮੇਰੇ ਬੰਦੇ ਵੀ ਜਿਹੜੇ ਆ ਕਿ ਨਹੀਂ ਬਸ ਇੰਜ ਦੇ ਹੀ ਆ। ਹੈਲੋ ਉਸਤਾਦ ਉਹ ਭਾਈ ਕਿੱਧਰ ਡਿੱਗਦਾ ਫਿਰਦਾ ਹੈਲੋ ਜੀ ਉਰਾ ਭਾਜੀ ਉਰਾ 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 ਹਾਂਜੀ ਭਾਜੀ ਆ ਗਿਆ ਇੱਧਰ ਕਿੱਧਰ ਇੱਧਰੋਂ ਦੀ ਆਉਂਦਾ ਪਿਆ ਸੀ ਯਾਰ ਮੈਂ ਇੱਧਰੋਂ ਦੀ ਆਇਆ ਵਿੱਚੋਂ ਦੀ ਬੜਿਆ ਚੋਰਾਂ ਤਰ੍ਹਾਂ ਕੀ ਕੀ ਫਿਲਮ ਆ ਤੂੰ ਕਿੱਧਰ ਗਿਆ ਸੀ ਯਾਰ ਮੈਂ ਆਇਆ ਇੱਧਰੋਂ ਆ ਪਰਲੀ ਬਸਤੀ ਚੋਂ ਤੇ ਮੈਂ ਅੱਗੇ ਰੋਡ ਆ ਨੂੰ ਚੱਲਣਾ ਸੀ ਅੱਛਾ ਤੇ ਮੈਨੂੰ ਨਾ ਪਾਣੀ ਦੀ ਪਿਆਸ ਹੀ ਮਹਿਸੂਸ ਹੋਈ ਤੇ ਫਿਰ ਮੈਂ ਕਿਹਾ ਯਾਰ ਗੰਨੇ ਲੱਗੇ ਚਲੋ ਤੇ ਗੰਨਾ ਇੱਕ ਪੁੱਟ ਲੈਨੇ ਆ ਗੰਨੇ ਨਾਲ ਪਿਆਸ ਬੁਝਣੀ ਸੀ ਮੈਨੂੰ ਤਾਂ ਦੱਸ ਯਾਰ ਮੈਂ ਕਿਹਾ ਚੱਲ ਹੋਈ ਨਹੀਂ ਹੈਗੀ ਉਹ ਕੱਚਾ ਕਮਾਨ ਦਾ ਸਾਡਾ ਕਮਾਨ ਕਿਹੜਾ ਟਾਂਡਾ ਤੈਨੂੰ ਨਜ਼ਰ ਆਉਂਦਾ ਜਿਹੜਾ ਪੂਰਾ ਗੰਨਾ ਦਾ ਹੋਇਆ ਯਾਰ ਉਹ ਵਿੱਚ ਵਿੱਚ ਹੋ ਗਏ ਆ ਭਾਈ ਜੀ ਕਿਧਰ ਖਾਲੇ ਨੂੰ ਮੂੰਹ ਦੇਣ ਲੱਗਾ ਤੂੰ ਤੈਨੂੰ ਖਾਲੇ ਨੂੰ ਮੂੰਹ ਦਿੱਤਾ ਭਾਈ ਇੱਧਰ ਪਾਣੀ ਨਹੀਂ ਹੈਗਾ ਇੱਥੇ ਟੱਪ ਕੇ ਜਾਣਾ ਗੰਨਾ ਤੋੜਨ ਇੱਧਰੋਂ ਕੀ ਕਰਨ ਆਇਆ ਇੱਧਰੋਂ ਦੀ ਕਿਧਰ ਆਇਆ ਉਹ ਭਾਈ ਇਹ ਪਿੱਛੇ ਘਰ ਆ ਕਿਹਦਾ ਘਰ ਆ ਸਾਡਾ ਪਰਲੀ ਸਾਈਡ ਬਸਤੀ ਨਹੀਂ ਪਿੱਛੇ ਆਹ ਨਹੀਂ 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 ਨਜ਼ਰ ਆਉਂਦੇ ਹਾਂ ਉਹ ਪਿੱਛੇ ਘਰ ਆ ਤੇ ਤੂੰ ਇੱਧਰ ਕੀ ਕਰਨ ਮੈਂ ਰੋਡ ਤੇ ਜਾਣਾ ਇੱਥੋਂ ਬਰਫ ਲੈਣ ਚੱਲਾਂ ਜੀ ਮੈਂ ਇਹ ਸੜਕ ਆ ਇੱਧਰੋਂ ਮੈਨੂੰ ਦੱਸ ਕੇ ਮੈਂ ਕਿਹਾ ਚੱਲ ਵਿੱਚੋਂ ਨਹੀਂ ਸੜਕ ਅੱਛੇ ਜੀ ਛੱਡ ਕੇ ਤੇ ਤੂੰ ਫਸਲਾਂ ਦੇ ਵਿੱਚੋਂ ਜਿਹੜਾ ਆ ਯਾਰ ਮੈਂ ਕਿਹਾ ਸਾਈਕਲ ਹੈ ਕੋਈ ਨਹੀਂ ਤੂੰ ਜਾਂਦਾ ਪਿਆ ਆਪਣੀ ਹਾਲਤ ਵੇਖ ਤੂੰ ਉਹ ਮੈਂ ਕਿਹਾ ਚੱਲ ਉੱਤੋਂ ਜਾਂ ਲੱਗਣੇ ਮੈਂ ਕਿਹਾ ਉੱਤੋਂ ਦੀ ਚੱਲ ਹੋ ਜੰਨੇ ਆ ਵੀ ਇੱਥੋਂ ਵਿੱਚੋਂ ਦੀ ਉੱਤੋਂ ਦੀ ਜ਼ਰੂਰ ਜਾਣਾ ਐਡੀ ਤੂੰ ਉਹ ਯਾਰ ਆ ਕੀ ਆ ਭਾਈ ਆ ਕੀ ਆ ਤੈਨੂੰ ਕੀ ਲੱਗ ਰਿਹਾ ਵਾ ਮੈਨੂੰ ਤਾਂ ਏਡੀ ਵੱਡੀ ਕਬਰ ਲੱਗਣ ਦੇਈ ਆ ਯਾਰ ਇਹ ਕਬਰ ਤੇ ਤੇਰੇ ਅੱਬੇ ਦੀ ਹੋਣੀ ਆ ਕਬਰ ਮੇਰੇ ਅੱਬੇ ਦੀ ਨਹੀਂ ਇਹ ਮੈਨੂੰ ਲੱਗਦਾ ਕਿ ਤੁਹਾਡੇ ਦਾਦਾ ਜੀ ਦੀ ਕਬਰ ਆ ਨਹੀਂ ਨਹੀਂ ਕਬਰ ਨਹੀਂ ਹੈਗੀ ਇਹ ਤੂੜੀ ਦਾ ਸੀ ਅੱਗੇ ਜਿਸਰਾ ਜਿਹਾ ਬਣਾਇਆ ਇਧਰ ਆ ਇਧਰ ਆ ਤੂੰ ਅੱਛਾ ਅੱਛਾ ਮੈਂ ਕਿਹਾ ਬੜੀ ਵੱਡੀ ਕਬਰ ਆ ਮੈਂ ਕਿ ਤੁਹਾਡੇ ਦਾਦਾ ਜੀ ਦੀ ਆ ਸਾਰ ਇਧਰ ਆਓ ਰਿਸ਼ਤੇਦਾਰੀ ਨਾ ਪਾ ਮੇਰੇ ਨਾਲ ਹਾਂਜੀ ਭਾਜੀ ਇਹ ਕਬਰ ਨਹੀਂ ਹੈਗੀ ਅੱਛਾ ਠੀਕ ਆ ਤੂੰ ਮੈਨੂੰ ਇਹ ਦੱਸ ਕਿ ਤੈਨੂੰ ਸ਼ਰਮ ਨਹੀਂ ਆਈ ਕਿ ਫਸਲ ਸਾਡੀ ਹੋਈ ਖਲੋਤੀ ਤੇ ਤੂੰ ਫਸਲ ਦੇ ਵਿੱਚੋਂ ਸ਼ਕਰ ਤੇ ਪੈਰ ਤੇ ਤੂੰ ਇਧਰੋਂ ਵਿੱਚੋਂ ਲੰਘਣਿਆ ਤੈਨੂੰ ਫਸਲ ਹੋਈ ਆ ਤੇ ਆ ਜਿਹੜਾ ਬੰਨਾ ਰਾਹ ਵਾ ਤੇ ਬਣਾਇਆ ਵਾ ਆ ਥੋੜੇ ਦਿਨ ਹੋ ਗਏ ਇੱਥੇ ਛੱਲੀਆਂ ਸੀ ਅਸੀਂ ਲਾਈਆਂ ਅੱਛਾ ਠੀਕ ਆ ਤੇ ਕਿਉਂ ਲਾਈਆਂ ਕੋਈ 300 ਛੱਲੀ ਲਾ ਕੇ ਅੱਗੇ ਲੱਗ ਗਿਆ ਸਾਡੀਆਂ ਕਿਉਂ ਲਾਉਣੀ ਸਾਡੀ ਫਸਲ ਅਸੀਂ ਛੱਲੀਆਂ ਲਾਈਆਂ ਅੱਛਾ ਫਸਲ ਆ ਤੁਹਾਡੀ ਹਾਂਜੀ ਇਹ ਬੰਨਾ ਵਿੱਚੋਂ ਰਾਹ ਵਾਸਤੇ ਹੁੰਦਾ ਭਾਜੀ ਇਹ ਅੰਜ ਰਾਹ ਵਾਸਤੇ ਹੁੰਦਾ ਕਿ ਤੇਰੇ ਵਰਗੇ ਜਹਾਜ਼ ਜੂਜੇ ਇਧਰ ਹੋਣ ਸਪੇਅਰ ਪਾਰ ਖਲਾਰਦੇ ਖਲਾਰਦੇ ਇਹਨੂੰ ਚੱਲ ਜਾਣ ਉਹ ਭਾਈ ਜੀ ਕੋਈ ਪਿੰਡਾਂ ਸਾਡੇ ਚੱਲ ਜਾ ਉੱਥੇ ਪਿੰਡ ਕੋਈ ਪੁੱਛਦਾ ਨਹੀਂ ਜਿੱਦਰ ਮਰਜ਼ੀ ਨਿਆਣੇ ਤੁਰੇ ਭੱਜੇ ਫਿਰਦੇ ਆ ਮੈਂ ਤਾਂ ਇੱਥੇ ਆ ਗਿਆ ਸ਼ਹਿਰ ਲਾ ਦਾਰੀ ਦੇ ਵਿੱਚ ਵੈਸੇ ਹੀ ਰੱਖ ਗਿਆ ਫਿਰ ਬਹੁਤ ਤੂੰ ਪਿੰਡ ਦਾ ਹਿਸਾਬ ਨਾ ਕਰਕੇ ਨਹੀਂ ਇਹ ਸ਼ਹਿਰ ਵਾ ਉੱਥੇ ਭਾਈ ਜੋ ਕੁਝ ਮਰਜ਼ੀ ਉੱਥੇ ਟਾਲੀਆਂ ਛਾਂਗ ਲੋ ਘਰ ਵਾਸਤੇ ਬਾਲਣ ਬਣਾ ਲੋ ਉੱਥੇ ਕੋਈ ਪੁੱਛਦਾ ਨਹੀਂ ਹੈਗਾ ਇੱਥੇ ਤੂੰ ਮੈਨੂੰ ਕਰਦਾ ਕੀ ਆ ਤੂੰ ਕੰਮ ਕੀ ਕਰਦਾ ਹਾਂਜੀ ਕੰਮ ਕੀ ਕਰਦਾ ਕੰਮ ਇਹੀ ਇਹ ਭੱਠੇ ਤੇ ਕਰੀਦਾ ਨਾਲ ਪੱਠਾ ਨਹੀਂ ਪਏ ਹਾਂ ਉੱਥੇ ਕਰੀਦਾ ਕੰਮ ਨਾਲ ਹਾਲਤ ਵੀ ਤੇਰੀ ਭੱਠੇ ਵਾਲੀ ਲੱਗ ਰਹੀ ਹੈ ਉਹ ਤਾਂ ਹੀ ਆ ਮੈਂ ਚੱਲਾਂ ਹੀ ਚੀਨੀ ਪੱਤੀ ਲੈਣ ਤੇ ਦੁੱਧ ਤੇ ਉਹ ਮੈਂ ਕਿਹਾ ਚੱਲ ਗੰਨਾ ਕਿ ਤੂੰ ਵੇਖ ਲੈਨੇ ਪਰ ਗੰਨੇ ਵਾਲੇ ਤੁਹਾਡੇ ਕੱਚੇ ਆ ਕੀ ਇਹਦਾ ਯਾਰ ਸੁਭਾਅ ਮੈਨੂੰ ਤਾਂ ਤੁਹਾਡੀ ਸਮਝ ਨਹੀਂ ਆਉਂਦੀ ਗੰਨਾ ਤੁਸੀਂ ਲਾਇਆ ਹੀ ਬੜੀ ਲੇਟ ਆ ਸਾਡੇ ਤਾਂ ਉਧਰ ਮਾਸ਼ਾਅੱਲਾ ਕਮਾਨ ਲੋਕ ਵੱਢਣ ਵੀ ਦੇ ਆ ਜ਼ਿਮੀਦਾਰਾਂ ਤੋਂ ਹਾਂਜੀ ਜ਼ਿਮੀਦਾਰ ਨਹੀਂ ਭਾਜੀ ਜ਼ਿਮੀਦਾਰ ਨਹੀਂ ਹੈਗਾ ਜ਼ਿਮੀ ਤੈਨੂੰ ਸਾਨੂੰ ਤੈਨੂੰ ਕੀ ਪਤਾ ਸਾਡਾ ਅਸੀਂ ਕਿੱਦਾਂ ਲਾਉਂਦੇ ਪਏ ਤੇ ਕਿੱਦਾਂ ਨਹੀਂ ਲਾਉਂਦੇ ਪਏ ਤੂੰ ਕੀ ਉਹਨਾਂ ਵਿੱਚ ਗੱਲ ਕਰਨ ਵਾਲਾ ਹੈ ਭਾਜੀ ਚੰਗਾ ਤੂੰ ਯਾਰ ਤੈਨੂੰ ਬੋਲਣ ਦਾ ਭਾਈ ਪਤਾ ਨਹੀਂ ਹੈਗਾ ਕੀ ਬੋਲਾਂ ਤੈਨੂੰ ਕਿੱਦਾਂ ਤੈਨੂੰ ਕੇਕ ਕੱਟ ਕੇ ਦਵਾਂ ਤੇਰੇ ਵਾਸਤੇ ਕੇਕ ਲਿਆ ਕੇ ਤੈਨੂੰ ਰੱਖਾਂ ਤੇਰੇ ਬੋਤਲ ਨੂੰ ਲਾਵਾਂ ਤੇਰੇ ਵਾਸਤੇ ਜ਼ਮੀਨ ਇੱਥੇ ਇੱਥੇ ਹੀ ਰਹੀ ਜਾਣੀ ਭਾਈ ਜੀ ਜਿਹੜੀ ਤੂੰ ਆਕੜਨਦੇ ਆ ਜ਼ਮੀਨ ਤੇ ਲੋਕ ਯਾਰ ਮੈਂ ਦਿਆ ਮੈਂ ਰੱਬ ਕੋਲੋਂ ਡਰਦਾ ਵਾਂ ਆਕੜਨ ਨਹੀਂ 5 ਰੁਪਈਆਂ ਦਾ ਗੰਨਾ ਵਾ 100 ਤੂੰ ਮੈਨੂੰ ਗੱਲ ਸੁਣਾਤੀ ਐ 5 ਰੁਪਈਆਂ ਦਾ ਐਵੇਂ ਆ ਜਾਂਦਾ 5 ਰੁਪਈਆਂ ਦਾ ਗੰਨਾ ਵਾ ਜਾ ਯਾਰ ਜਾ ਮੇਰਾ ਭਰਾ ਕੀ ਹੋ ਗਿਆ ਦੇ ਵਿੱਚ ਪਿੰਦੀ ਆ ਕਿੰਨੇ ਦੀ ਆ ਚੁੱਕ ਕੇ ਉਹਨਾਂ ਨੂੰ ਆ ਜਾਂਦੇ ਆ ਸੋਨਾ ਯੂਰੀਆ ਇਸ ਤੋਂ ਪਤਾ ਕਿੰਨੇ ਦੀ ਆਉਂਦੀ ਐ 500 ਰੁਪਏ ਦੀ ਸਾਰੀ ਬੋਰੀ ਐ ਉਹ ਜਾ 500 ਰੁਪਏ ਦੀ ਅੱਜ ਤੋਂ 15 ਸਾਲ ਪਹਿਲੇ ਮੇਰਾ ਦਾਦਾ ਜੀ ਨਹੀਂ ਭਾਜੀ ਦਾਦਾ ਟਾਈਮ 12000 ਤੇ ਕੁਝ ਪੈਸੇ ਰੁਪਈਆਂ ਦੀ ਬੋਰੀ ਨਹੀਂ ਭਾਜੀ ਕੀ ਹੋ ਗਿਆ ਵਾ ਬਾਦਰ ਬੰਦੇ ਹੋ ਹੁਣ ਮੇਰੀ ਇੱਕ ਗੱਲ ਸੁਣ ਲਾ ਦੱਸੋ ਭਾਜੀ ਅੱਜ ਦੀ ਤੈਨੂੰ ਮਾਫੀ ਆ ਅੱਛਾ ਅੱਜ ਤੋਂ ਬਾਅਦ ਮੈਂ ਸਿਰਫ ਪਤਾ ਕਰਨਾ ਆਇਆ ਸੀ ਕਿ ਕੀ ਕੀਤਾ ਹੋਇਆ ਸੀ ਇੱਥੇ ਲਾਉਣਾ ਸੀ ਪਾਣੀ ਪੂਣੀ ਤੇ ਮੈਂ ਮੁੰਡਿਆਂ ਨੂੰ ਕਿਹਾ ਸੀ ਪਾਣੀ ਪੂਣੀ ਲਾਓ ਇਹਨੂੰ ਦੁਬਾਰਾ ਟਰੈਕਟਰ ਮਰਵਾਉਣਾ ਸੀ ਤੇ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਤੇ ਮੈਂ ਤਾਂ ਕਰੋਤਾ ਤੂੰ ਇਧਰੋਂ ਦੀ ਆਉਂਦਿਆ ਮੈਂ ਤੈਨੂੰ ਵੇਖ ਕੇ ਅੱਜ ਤੋਂ ਬਾਅਦ ਨਹੀਂ ਭਾਈ ਤੂੰ ਇਧਰੋਂ ਲੰਘਣਾ ਠੀਕ ਹੋ ਗਿਆ ਭਾਈ ਆ ਤੇ ਚੱਲ ਤੇਰੀ ਮਿਹਰਬਾਨੀ ਇੱਥੇ ਮੈਨੂੰ ਲੱਗਦਾ ਤੁਸੀਂ ਮੇਲਾ ਛਿੱਲਾ ਲਵਾਉਣ ਲੱਗੇ ਆ ਦਾਦੇ ਦਾ ਹਾਂਜੀ ਤੁਹਾਡੇ ਅੱਬੂ ਦਾ ਮੇਲਾ ਲਵਾਣਾ ਵਾ ਮੇਲਾ ਲਵਾਉਣ ਲੱਗੇ ਆ ਤੈਨੂੰ ਦੱਸਿਆ ਤੂੜੀ ਦਾ ਘੇਰਾ ਜਿਹਾ ਬਣਾਇਆ ਹੋਇਆ ਵਾ ਇਹ ਇਕੱਠੀ ਇੱਥੋਂ ਕਰਕੇ ਰੱਖ ਲਈ ਹੈ ਕਿ ਨਹੀਂ ਕਣਕ ਐਤਕੀ ਕੀਤੀ ਤੋਂ ਇੱਥੇ ਰੱਖ ਲਈ ਉਧਰੋਂ ਕਮਾਨ ਮੈਨੂੰ ਵਾਹਗਾ ਕਿਹੜਾ ਕਮਾਨ ਦਾ ਇਹਦਾ ਟਾਂਡਾ ਮੈਨੂੰ ਦੱਸ ਜੇ ਹੋਇਆ ਵਾ ਮੈਨੂੰ ਇਹ ਦੱਸ